ਉਹਦੇ ਇਸ ਕੌਮ ਲਈ ਜਿਹੜੇ ਸ਼ਹੀਦ ਹੁੰਦੇ ਹਟੋਲੇ ਹੁਰਾਂ ਦੇ ਕਦੇ ਉਹ ਲੋੜਦੇ ਨਾ ਉਹ ਮੰਗਤੀ ਬਣ ਕੇ ਜੇ ਦਰਦੇ ਮੌਤ ਆ ਜਾਏ ਅਸਰ ਦੀ ਖੈਰ ਪਾਉਂਦੇ ਖਾਲੀ ਮੋੜਦੇ ਨਾ ਸ਼ਹੀਦ ਆਜ਼ਮ ਭਗਤ ਸਿੰਘ ਨੇ ਇਹੋ ਜਿਹਾ ਲਲਕਾਰਾ ਅੰਗਰੇਜ਼ ਸਰਕਾਰ ਦੀ ਹਿੱਕ ਤੇ ਚੜ ਕੇ ਮਾਰਿਆ ਜੋ ਰਹਿੰਦੀ ਦੁਨੀਆ ਤੱਕ ਸਾਡਾ ਨਾਰਾ ਬਣ ਕੇ ਰਹਿ ਗਿਆ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਉਹ ਕੌਮ ਨਹੀਂ ਜੋ ਗੁਲਾਮੀ ਦੀ ਬੇੜੀ ਤੋੜਦੀ ਨਹੀਂ ਉਹ ਜਵਾਨੀ ਨਹੀਂ ਜੋ ਦੁਸ਼ਮਣ ਦੀ ਭਾਜੀ ਮੋੜਦੀ ਨਹੀਂ ਘੜੀਏ ਜਦੋਂ ਸ਼ਾਮ ਦੇ 5 ਵਜੇ ਆਏ ਅੰਗਰੇਜ਼ ਡੀਐਸਪੀ ਸਾਂਡਰਸ ਨਿਕਲਿਆ ਜਦ ਆਪਣੇ ਦਫ਼ਤਰੋਂ ਉਹ ਕੀਤਾ ਜੈਗ ਪਾਲੇ ਰੁਮਾਲ ਦਾ ਇਸ਼ਾਰਾ ਭਗਤ ਸਿੰਘ ਨੇ ਕੱਢੀ ਡੱਬ ਚ ਪੱਤਾ ਉਹਨੇ ਗੋਰੇ ਵੱਲ ਵੇਖਿਆ ਉਹ ਗੋਰੇ ਵੱਲ ਵੇਖਿਓ ਦੀਆਂ ਅੱਖਾਂ ਚ ਲਹੂ ਉਤਰਿਆ ਉਹਨੇ ਦੰਦ ਗਰੀਚੇ ਦੰਦ ਖਾਓ ਵੇਖ ਕੇ ਗੋਰੇ ਨੂੰ ਸਾਹਮਣੇ ਉਹ ਸ਼ੇਰ ਵਾਂਗੂ ਵੇਖਿਆ ਉਹ ਗੋਰਾ ਨੂੰ ਵੇਖ ਕੇ ਪਛਾਣ ਨੂੰ ਭੱਜਿਆ ਵਿੱਚੋਂ ਇੱਕ ਜਵਾਨ ਨੂੰ ਕਿਹਾ ਕਹਿੰਦਾ ਓਏ ਅੱਜ ਨਾ ਜਾਣ ਤੂੰ ਵੀ ਸਿੰਘਾਂ ਚਿੱਟਾ ਮੇਮਣਾ ਕਰਦੇ ਬਾਹਰ ਲਿਆ ਸਕੂ ਤੇ ਸੁੱਟਿਆ ਹਕੂਕੀਆਂ ਕਾਰਨ ਨੇ ਧੜਕਣ ਵਾਜੇ ਗੋਈਆਂ ਕਿੰਨੀਆਂ ਦੇ ਤੇ ਬਾਅਦ ਇਸ ਨੂੰ ਮੀਟੇ ਕੁਸ਼ਮ ਲਾਓ ਬਿਆਨ ਕਰਦੇ ਨੇ ਆਉਂਦਾ ਵੇਖਿਆ ਆ ਜਾਏ ਉਹ ਬਾਲੇ ਕੀਤਾ ਸਾਥੀਆਂ ਤਾਂ ਹੀ ਹੁਸ਼ਿਆਰ